ਅਸੀਂ ਦਾਣਾ ਆਊਗਾ ਅਸੀਂ ਰੱਖ ਲਾਂਗੇ, ਪਰ ਉਹਦੀ ਖਰੀਦ ਨਹੀਂ ਕਰਾਂਗੇ ਨਾ ਵੇਚ ਕਰਾਂਗੇ। ਸਾਡੀਆਂ ਦੋ ਮੁੱਖ ਮੰਗਾਂ ਇਹ ਹੈ ਵੀ ਸਾਨੂੰ 2.5% ਦਾਮੀ ਜਿੰਨੀ ਸਾਡੀ ਆੜਤ ਬਣਦੀ ਹੈ ਉਹ ਪੂਰੀ ਦਿੱਤੀ ਜਾਵੇ, 72 ਘੰਟੇ ਦੇ ਅੰਦਰ ਅੰਦਰ ਮਾਲ ਲਿਫਟ ਕੀਤਾ ਜਾਵੇ ਤਾਂ ਅਸੀਂ ਤੋਲ ਕੇ ਦੇਣ ਨੂੰ ਤਿਆਰ ਹੈ। ਉਦੋਂ ਬਾਅਦ ਸਾਡਾ ਕੋਈ ਜ਼ਿੰਮੇਵਾਰੀ ਨਹੀਂ, ਉਦੋਂ ਬਾਅਦ ਇਹ ਸਾਡਾ ਬੋਝ ਹੈ ਠੇਕੇਦਾਰ 'ਤੇ ਪੈਣਾ ਚਾਹੀਦਾ। ਸਾਡੀਆਂ ਇਹ ਦੋ ਮੁੱਖ ਮੰਗਾਂ, ਜਿੰਨਾ ਕੁ ਸਾਡੀਆਂ ਦੋਨੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਜਿਕਰ ਅਸੀਂ ਚਾਹੇ ਬਾਸਮਤੀ ਹੋਵੇ ਚਾਹੇ 1509 ਹੋਵੇ ਚਾਹੇ ਪਰਮਲ ਹੋਵੇ, ਅਸੀਂ ਕੋਈ ਝੋਨੇ ਦੀ ਵੇਚ ਨਹੀਂ ਕਰਾਂਗੇ। ਪੰਜਾਬ ਅੰਦਰ ਜਿੱਥੇ ਇੱਕ ਪਾਸੇ ਸੈਲਰ ਐਸੋਸੀਏਸ਼ਨ ਹੜਤਾਲ 'ਤੇ ਹੈ ਤਾਂ ਹੁਣ ਉੱਥੇ ਹੀ ਆੜ੍ਹਤੀ ਐਸੋਸੀਏਸ਼ਨ ਵੀ ਹੈ ਜਿਹੜੀ ਹੜਤਾਲ 'ਤੇ ਜਾ ਰਹੀ ਹੈ। 1 ਅਕਤੂਬਰ ਤੋਂ ਇਹਨਾਂ ਵੱਲੋਂ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ, ਨਾਲ ਹੀ ਝੋਨੇ ਦੀ ਜਿਹੜੀ ਖਰੀਦ ਹੈ ਉਹਦਾ ਵੀ ਬਾਈਕਾਟ ਦਾ ਐਲਾਨ ਕੀਤਾ ਗਿਆ। ਸਾਡੇ ਨਾਲ ਪ੍ਰਧਾਨ ਮੌਜੂਦ ਨੇ ਸਤੀਸ਼ ਕੁਮਾਰ ਗੱਲਬਾਤ ਕਰਦੇ ਹਾਂ। ਪ੍ਰਧਾਨ ਜੀ, ਪਹਿਲਾਂ ਆੜ੍ਹਤੀ ਐਸੋਸੀਏਸ਼ਨ ਪਹਿਲਾਂ ਸੈਲਰ ਐਸੋਸੀਏਸ਼ਨ ਹੜਤਾਲ 'ਤੇ ਸੀ, ਹੁਣ ਤੁਸੀਂ ਹੜਤਾਲ 'ਤੇ ਚਲੇ ਗਏ, ਕੀ ਪਹਿਲਾਂ ਮੰਗ ਕੀ ਹੈਗੀ ਹੈ? ਜਿਹੜੇ ਸੈਲਰ ਐਸੋਸੀਏਸ਼ਨ ਦੀਆਂ ਮੰਗਾਂ ਉਹਨਾਂ ਦੀਆਂ ਆਪਦੇ ਲੈਵਲ 'ਤੇ ਆਪਦੇ ਹਿਸਾਬ ਨਾਲ ਮੰਗਾਂ ਜਾਇਜ਼ ਨੇ, ਉਹਨਾਂ ਨੇ ਵੀ ਰੋਜ਼ੀ ਰੋਟੀ ਦਾ ਸਵਾਲ ਹੈ। ਪਰ ਸਾਡੇ ਹੁਣ ਸੰਕਟ ਖੜਾ ਹੋ ਗਿਆ, ਪਹਿਲਾਂ ਤਾਂ ਕੇਂਦਰ ਸਰਕਾਰ ਨੇ ਸਾਡੀ ਆੜ੍ਹਤ 2.5% ਦੀ ਬਜਾਏ ਹੁਣ ਸਾਨੂੰ ਜਿਹੜੀ ਮੌਜੂਦਾ ਰੇਟ ਹੈ ਉਹਦੇ ਮੁਤਾਬਕ 58 ਰੁਪਏ ਕੁਇੰਟਲ ਬਣਦੀ ਹੈ, ਸਾਡੀ ਇਹਦੀ ਫਰੀਜ ਕਰਕੇ ਸਾਨੂੰ 46 ਰੁਪਏ ਕੁਇੰਟਲ ਕਰ, 12 ਰੁਪਏ ਕੁਇੰਟਲ ਸਾਨੂੰ ਆੜ੍ਹਤ 'ਤੇ ਕੱਟ ਲਿਆ। ਦੂਜੇ ਨੰਬਰ 'ਤੇ ਸਾਡੀ ਜਿਹੜੀ ਮੰਗ ਹੈ, ਇੱਕ ਮੰਡੀ ਬੋਰਡ ਨੇ ਚਿੱਠੀ ਜਾਰੀ ਕੀਤੀ ਹੈ ਵੀ ਤੋਂ ਝੋਨਾ ਤੁਲਣ ਤੋਂ ਬਾਅਦ ਜਦੋਂ ਲਿਫਟ ਹੋਵੇਗਾ ਆੜ੍ਹਤੀਆਂ ਉਦੋਂ ਵਜਨ ਕਰਕੇ ਦੇਵੇਗਾ। ਜਦੋਂ ਝੋਨਾ ਬੋਰੀਆਂ 'ਚ ਭਰਿਆ ਗਿਆ ਉਦੋਂ ਬਾਅਦ ਸਾਡੀ 72 ਘੰਟਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ, ਠੇਕੇਦਾਰ ਨੇ 72 ਘੰਟੇ ਦੇ ਅੰਦਰ ਅੰਦਰ ਉਹਨੂੰ ਲਿਫਟ ਕਰਨਾ ਹੁੰਦਾ। ਇਹ ਤਾਂ ਝੋਨਾ 20 ਦਿਨ ਨਾ ਚੱਕਣ ਜੀ, ਉਹਦੀ ਸ਼ੋਰਟੇਜ ਆੜ੍ਹਤੀਆਂ ਕਿਉਂ ਭਰੇ 20 ਦਿਨਾਂ ਬਾਅਦ? ਜਾਂ ਕਿ ਨੈਗਲੀਜੈਂਸੀ ਠੇਕੇਦਾਰ ਦੀ ਹੈ? ਠੇਕੇਦਾਰ ਨੂੰ ਉਹ ਸ਼ੋਰਟੇਜ ਪੈਣੀ ਚਾਹੀਦੀ ਹੈ, ਆੜ੍ਹਤੀਆਂ ਨੂੰ ਕੋਈ ਉਹਦਾ ਮਤਲਬ ਨਹੀਂ ਹੈ। ਸਾਡੀਆਂ ਦੋ ਮੁੱਖ ਮੰਗਾਂ ਇਹ ਹੈ ਵੀ ਸਾਨੂੰ 2.5% ਦਾਮੀ ਜਿੰਨੀ ਸਾਡੀ ਆੜ੍ਹਤ ਬਣਦੀ ਹੈ ਉਹ ਪੂਰੀ ਦਿੱਤੀ ਜਾਵੇ, 72 ਘੰਟੇ ਦੇ ਅੰਦਰ ਅੰਦਰ ਮਾਲ ਲਿਫਟ ਕੀਤਾ ਜਾਵੇ ਤਾਂ ਅਸੀਂ ਤੋਲ ਕੇ ਦੇਣ ਨੂੰ ਤਿਆਰ ਹੈ। ਉਦੋਂ ਬਾਅਦ ਸਾਡਾ ਕੋਈ ਜ਼ਿੰਮੇਵਾਰੀ ਨਹੀਂ, ਉਦੋਂ ਬਾਅਦ ਇਹ ਸਾਡਾ ਬੋਝ ਹੈ ਠੇਕੇਦਾਰ 'ਤੇ ਪੈਣਾ ਚਾਹੀਦਾ। ਸਾਡੀਆਂ ਇਹ ਦੋ ਮੁੱਖ ਮੰਗਾਂ, ਜਿੰਨਾ ਕੁ ਸਾਡੀਆਂ ਦੋਨੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਜਿਕਰ ਅਸੀਂ ਚਾਹੇ ਬਾਸਮਤੀ ਹੋਵੇ ਚਾਹੇ 1509 ਹੋਵੇ ਚਾਹੇ ਪਰਮਲ ਹੋਵੇ, ਅਸੀਂ ਕੋਈ ਝੋਨੇ ਦੀ ਵੇਚ ਨਹੀਂ ਕਰਾਂਗੇ, ਵਿਕਰੀ ਨਹੀਂ ਕਰਾਂਗੇ। ਕੋਈ ਖਰੀਦ ਨਹੀਂ ਕਰੋਗੇ, ਕੋਈ ਵੇਚ ਨਹੀਂ ਕਰੋਗੇ? ਤੁਹਾਨੂੰ ਲੱਗਦਾ ਨਹੀਂ ਕਿਸਾਨਾਂ ਨੂੰ ਕਿਤੇ ਨਾ ਕਿਤੇ ਮੁਸ਼ਕਿਲ ਆਵੇਗੀ? ਪਹਿਲੇ ਝੋਨਾ ਇਸ ਵਾਰ ਮੰਡੀਆਂ 'ਚ ਜ਼ਿਆਦਾ ਆਊ, ਕਾਰਨ ਕੀ ਹੈ ਵੀ ਇਸ ਵਾਰ ਇਸ ਵਾਰ ਜਿਹੜਾ ਨਰਮਾ ਘੱਟ ਹੋਇਆ, ਝੋਨਾ ਜ਼ਿਆਦਾ ਲੱਗਿਆ ਕਿਉਂਕਿ ਨਰਮਾ ਪਿਛਲੇ ਸਾਲ ਖਰਾਬ ਹੋ ਗਿਆ? ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕਿਸਾਨਾਂ ਨੂੰ ਮੁਸ਼ਕਿਲ ਆਊ? ਕੋਈ ਸਰਕਾਰ ਨੇ ਥੋੜ੍ਹੀ ਸੁਣੀ, ਕੋਈ ਸਰਕਾਰ ਤੱਕ ਗੱਲ ਪਹੁੰਚਾਈ ਹੈ? ਅਸੀਂ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਸਾਰੀਆਂ ਆਪਦੇ ਮੰਗ ਪੱਤਰ ਦੇ ਚੁੱਕੇ ਹਾਂ ਪਿਛਲੇ 20 ਤਰੀਕ ਨੂੰ, ਅਸੀਂ ਉਹਨਾਂ ਨੂੰ ਜਾਣੂ ਕਰਵਾਤਾ, ਅਸੀਂ ਆਪਦੇ ਸਟੇਟ ਗੌਰਮੈਂਟ ਨੂੰ ਵੀ ਜਾਣੂ ਕਰਵਾਤਾ। ਉਦੋਂ ਬਾਅਦ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ, ਕੱਲ੍ਹ ਨੂੰ ਕੋਈ ਹੋਰ ਘਟਨਾ ਹੁੰਦੀ ਹੈ ਜੇ ਗਲਤ ਘਟਨਾ ਹੁੰਦੀ ਹੈ, ਇਸ ਗੱਲ ਦਾ ਆੜ੍ਹਤੀਆਂ ਵੱਲੋਂ ਆੜ੍ਹਤੀਆਂ ਦਾ ਕੋਈ ਜ਼ਿੰਮੇਵਾਰੀ ਨਹੀਂ। ਅਸੀਂ ਪਹਿਲਾਂ ਹੀ ਸਰਕਾਰ ਨੂੰ 15 ਦਿਨ ਪਹਿਲਾਂ ਦੱਸਤਾ ਸੀ ਵੀ ਅਸੀਂ ਹੜਤਾਲ 'ਤੇ ਜਾ ਰਹੇ ਹਾਂ, ਸਾਡੀਆਂ ਮੰਗਾਂ, ਸਾਡੀਆਂ ਮੰਗਾਂ ਪ੍ਰਵਾਨ ਕਰ ਲਓ, ਅਸੀਂ 1 ਅਕਤੂਬਰ ਤੋਂ ਝੋਨੇ ਦੀ ਵਿਕਰੀ ਸ਼ੁਰੂ ਕਰ ਦਿਆਂਗੇ। ਅਸੀਂ ਲੱਗਦਾ ਨਹੀਂ ਵੀ ਝੋਨੇ ਨੂੰ ਲੈ ਕੇ ਕਿਤੇ ਨਾ ਕਿਤੇ ਮੁਸ਼ਕਿਲ ਖੜੀ ਹੋਊ, ਕਿਉਂਕਿ ਨਾ ਸਪੇਸ ਨਹੀਂ ਹੈਗੀ ਹਜੇ ਤੱਕ, ਬਹੁਤ ਸੈਲਰ ਜੋ ਗਡਾਊਨ ਨੇ ਜਿਹੜੇ ਹਜੇ ਤੱਕ ਭਰੇ ਪਏ ਨੇ, ਉਧਰੋਂ ਸੈਲਰਾਂ ਨੇ ਵੀ ਹੱਥ ਖੜੇ ਕਰਤੇ, ਲੱਗਦਾ ਵੀ ਮੁਸ਼ਕਿਲ ਖੜੀ ਹੋਊਗੀ? ਬਿਲਕੁਲ ਮੁਸ਼ਕਿਲ ਆਵੇਗੀ। ਅਸੀਂ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਬਿਲਕੁਲ ਸੁੱਕਾ ਝੋਨਾ ਮੰਡੀਆਂ 'ਚ ਲੈ ਕੇ ਆ ਜਾਵੇ, ਗਿੱਲੇ ਝੋਨੇ ਦੀ ਕਟਾਈ ਬਿਲਕੁਲ ਨਾ ਕੀਤੀ ਜਾਵੇ। ਅਸੀਂ ਵਾਰ ਵਾਰ ਜੋ ਜ਼ਿਮੀਦਾਰ ਸਾਡੇ ਕੋਲ ਦੁਕਾਨ 'ਤੇ ਕੰਮ ਕਾਰ ਆਉਂਦੇ ਨੇ, ਅਸੀਂ ਉਹਨਾਂ ਨੂੰ ਵੀ ਇਹ ਗੱਲ ਬੇਨਤੀਆਂ ਕਰੀ ਜਾਂਦੇ ਹਾਂ, ਪਰ ਫਿਰ ਵੀ ਸਾਡੀ ਮਜਬੂਰੀ ਹੈ, ਅਸੀਂ ਇਹ ਕੰਮ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਕਿਉਂਕਿ ਆਉਣ ਵਾਲੇ ਦਿਨਾਂ 'ਚ MSP ਤਾਂ ਹਰ ਸਾਲ ਵੱਧ ਜਾਂਦੀ ਹੈ, ਸਾਡੀ ਆੜ੍ਹਤ ਘੱਟ ਜਾਂਦੀ ਹੈ।
ਇਸ ਕਰਕੇ ਸਾਨੂੰ ਮਜਬੂਰ ਹੋਣਾ ਪਿਆ ਸੰਘਰਸ਼ ਕਰਨ ਤੇ। ਸਾਡਾ ਇਹ ਸੰਘਰਸ਼ ਲੰਬੇ ਸਮੇਂ ਤੱਕ ਚੱਲੂਗਾ, ਜਿਸ ਨਾਲ ਖਰਚੇ ਵੱਧ ਰਹੇ ਆ, ਆਮਦਨ ਘਟੀ ਜਾਂਦੀ ਹੈ, ਕਿਉਂਕਿ ਸਾਡੇ ਪੱਖਿਆਂ ਦੇ ਖਰਚੇ, ਲੇਬਰ ਦੇ ਖਰਚੇ, ਸਾਡੇ ਦੁਕਾਨ ਜੀ ਪਹਿਲਾਂ ਕਿੰਨਾ ਖਰਚਾ ਸੀ ਹੁਣ ਕਿੰਨਾ ਖਰਚਾ ਵੱਧ ਗਿਆ ਅੱਗੇ ਨਾਲੋਂ? ਤੁਸੀਂ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਹੋ, ਤੁਹਾਡੀ ਉਮਰ ਵੀ ਕਾਫੀ ਹੋ ਗਈ ਹੈ, ਪਹਿਲਾਂ ਕਿੰਨਾ ਖਰਚਾ ਸੀ ਹੁਣ ਖਰਚੇ ਕਿੰਨੇ ਕੁ ਵੱਧ ਗਏ, ਆਮਦਨ ਕਿੰਨੀ ਘੱਟ ਗਈ ਹੈਗੀ? ਪਹਿਲਾਂ ਲੋਕਾਂ ਦੇ ਆਮ ਸਧਾਰਨ ਖਰਚੇ ਹੁੰਦੇ ਸੀ, ਹੁਣ ਖਰਚੇ ਹੋਰ ਵੱਧ ਗਏ, ਪੜ੍ਹਾਈ ਦੇ ਖਰਚੇ, ਸਭ ਤਰੀਕੇ ਦੇ ਖਰਚੇ, ਰਹਿਣ ਸਹਿਣ ਦੇ ਖਰਚੇ, ਸਭ ਦੇ ਤੇਲ ਬਿਜਲੀ ਸਭ ਕੁਛ ਮਹਿੰਗਾ ਹੋ ਗਿਆ। ਸਾਡੀ ਆੜਤ ਹਰ ਸਾਲ 10-20 ਪੈਸੇ ਘੱਟ ਜਾਂਦੀ ਹੈ, ਇਸ ਕਰਕੇ ਸਾਨੂੰ ਮਜਬੂਰ ਹੋਣਾ ਪਿਆ। ਅਸੀਂ ਆਪਦੇ ਕਿੱਤੇ ਨੂੰ ਬਚਾਉਣ ਵਾਸਤੇ, ਇਸ ਟ੍ਰੇਡ ਨੂੰ ਬਚਾਉਣ ਵਾਸਤੇ, ਜ਼ਿਮੀਂਦਾਰਾਂ ਨਾਲ ਆਪਦੇ ਰਿਸ਼ਤੇ ਕਾਇਮ ਕਰਨ ਵਾਸਤੇ ਅਸੀਂ ਇਹ ਕਦਮ ਚੁੱਕਿਆ। ਕਦੋਂ ਤੋਂ ਹੜਤਾਲ ਸ਼ੁਰੂ ਹੋਏਗੀ? ਸਾਡੇ 1 ਅਕਤੂਬਰ ਤੋਂ ਹੜਤਾਲ ਹੈ। 1 ਅਕਤੂਬਰ ਤੋਂ ਕੋਈ ਵੀ ਮੰਡੀ 'ਚ ਦਾਣਾ ਆਉਂਦਾ ਖਰੀਦਣੀ ਹੋਊਗੀ? ਅਸੀਂ ਦਾਣਾ ਆਊਗਾ ਅਸੀਂ ਰੱਖ ਲਾਂਗੇ, ਪਰ ਉਹਦੀ ਖਰੀਦ ਨਹੀਂ ਕਰਾਂਗੇ ਨਾ ਵੇਚ ਕਰਾਂਗੇ। ਬਿਲਕੁਲ, ਇਹ ਸਨ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਿਨ੍ਹਾਂ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ 1 ਅਕਤੂਬਰ ਤੋਂ ਇਹਨਾਂ ਨੇ ਆਪਣੇ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ, ਕਿਉਂਕਿ ਇਹਨਾਂ ਨੇ ਮੰਗਾਂ ਰੱਖੀਆਂ ਨੇ। ਜੇਕਰ ਸਰਕਾਰ ਮੰਗਾਂ ਵੱਲ ਧਿਆਨ ਦਿੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਇਹਨਾਂ ਦੀ ਹੜਤਾਲ ਹੈ ਜਿਹੜੀ ਜਾਰੀ ਰਹੇਗੀ। ਇਸ ਨਾਲ ਕਿਸਾਨਾਂ ਨੂੰ ਕਾਫੀ ਮੁਸ਼ਕਿਲ ਆਉਣ ਦੀ ਸੰਭਾਵਨਾ, ਕਿਉਂਕਿ ਝੋਨਾ ਪੱਕ ਕੇ ਤਿਆਰ ਹੋ ਜਾਂਦਾ, ਜੇ ਮੰਡੀਆਂ 'ਚ ਰੁਲਦਾ ਤਾਂ ਕਿਸਾਨ ਵੀ ਕਿਤੇ ਨਾ ਕਿਤੇ ਪਰੇਸ਼ਾਨ ਹੋਣਗੇ। ਮਨੀਸ਼ ਗਰਗ, PTC ਨਿਊਜ਼, ਬਠਿੰਡਾ।